ਕੋਲ ਗਈਆਂ ਭਾਈ ਤੂੰ ਤੇ ਸੋਚਿਆ ਸੀ ਗੁਰੂ ਅਰਜਨ ਦੇ ਮਹਾਰਾਜ ਨੂੰ ਸ਼ਹੀਦ ਕਰਕੇ ਤੂੰ ਸਿੱਖੀ ਤੇ ਫਤਿਹ ਪਾ ਲਈ ਏ ਹੁਣ ਨਾਨਕ ਦੇ ਘਰ ਦੀ ਪੀਰੀ ਨਾਲ ਮੀਰੀ ਜੁੜ ਗਈ ਏ ਭਗਤੀ ਤੇ ਸ਼ਕਤੀ ਇਕੱਠੀਆਂ ਹੋ ਗਈਆਂ ਇਹ ਜਹਾਂਗੀਰ ਤੈਨੂੰ ਖਬਰਾਂ ਹੋਣੀਆਂ ਚਾਹੀਦੀਆਂ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਤੂੰ ਗਵਾਲੀਅਰ ਦੇ ਕਿਲੇ ਚੋਂ ਰਿਹਾ ਨਾ ਕੀਤਾ ਇਨਕਲਾਬ ਆ ਜਾਏਗਾ ਇਨਕਲਾਬ ਤੂੰ ਕੀ ਕਿਹਾ ਏ ਤਪ ਦੀ ਤਵੀ ਦਾ ਰੂਪ ਹੀ ਬਦਲਿਆ ਏ ਤਪ ਦੀ ਤਵੀ ਦਾ ਰੂਪ ਹੀ ਬਦਲਿਆ ਏ लोहा ढहिया ते त्यार हथियार हो गए कपरे पानी दे उबल दी देग बाले सिख रूप हो आपे तो बार हो गए
ਛੇਵੇਂ